ਹੋਵੇਗਾ 2022 ਦੀਆਂ ਚੋਣਾਂ ਦਾ ਸਿਆਸੀ ਹਾਲਾਤ। ਬੇਸ਼ੱਕ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਹਾਲੇ ਤਕਰੀਬਨ 2 ਸਾਲ ਦਾ ਸਮਾਂ ਬਾਕੀ ਰਹਿ ਗਿਆ। ਇਸ ਤੋਂ ਪਹਿਲਾਂ ਪੰਜਾਬ ਦੀਆਂ ਸਿਆਸੀ ਅਤੇ ਖੁਦ ਨੂੰ ਧਾਰਮਿਕ ਪਾਰਟੀਆਂ ਖਪਾਉਣ ਵਾਲੀਆਂ ਧਿਰਾਂ ਜ਼ਮੀਨੀ ਪੱਧਰ 'ਤੇ ਹਲਚਲ ਸ਼ੁਰੂ ਕਰ ਰਹੀਆਂ ਨੇ, ਪਰ ਜੋ ਸਿਆਸੀ ਸਮੀਕਰਨ ਹਾਲਾਤਾਂ ਅਨੁਸਾਰ ਰਹਿਣਗੇ ਉਹ ਬੜੇ ਦਿਲਚਸਪ ਰਹਿਣਗੇ। ਸ਼ੁਰੂ ਕਰਾਂਗੇ ਆਮ ਆਦਮੀ ਪਾਰਟੀ ਤੋਂ। ਆਮ ਆਦਮੀ ਪਾਰਟੀ ਜੋ 2022 'ਚ ਸੱਤਾ ਦਾ ਸੁੱਖ ਭੋਗਣ ਦਾ ਖੁਆਬ ਲੈ ਰਹੀ ਹੈ, ਜਿਸ ਲਈ ਕਈ ਵੱਡੀਆਂ ਚੁਣੌਤੀਆਂ ਨੇ, ਕਿਉਂਕਿ 2014 'ਚ 4 ਸੰਸਦ ਮੈਂਬਰ ਜਿੱਤੇ ਅਤੇ ਇਹ ਆਂਕੜਾ 2019 ਤੱਕ 1 ਸੰਸਦ ਮੈਂਬਰ ਦਾ ਰਹਿ ਗਿਆ, ਉਹ ਸਨ ਭਗਵੰਤ ਮਾਨ। ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਵੀ ਜ਼ਿਕਰ ਕਰਾਂਗੇ। 2017 'ਚ ਆਮ ਆਦਮੀ ਪਾਰਟੀ ਨੂੰ 20 ਸੀਟਾਂ ਹਾਸਲ ਹੋਈਆਂ, ਹਾਲਾਂਕਿ ਸੁਪਨਾ 100 ਤੋਂ ਪਾਰ ਦਾ ਵੇਖਿਆ ਹੋਇਆ ਸੀ। ਅਤੇ ਹੁਣ ਕਾਰਨ ਦੱਸਾਂਗੇ ਆਪ ਕਿਉਂ ਵੱਡੇ ਪ੍ਰਚਾਰ ਤੋਂ ਬਾਅਦ 100 ਸੀਟਾਂ ਨਾ ਜਿੱਤ ਸਕੇ। ਪਹਿਲਾ ਵੱਡਾ ਕਾਰਨ, ਆਮ ਆਦਮੀ ਪਾਰਟੀ ਨੇ ਪ੍ਰਚਾਰ ਦਾ ਜ਼ਰੀਆ ਸੋਸ਼ਲ ਮੀਡੀਆ ਲੱਭਿਆ। ਉਸ ਵੇਲੇ 2017 'ਚ ਵੱਡੀ ਜਾਗ੍ਰਿਤੀ ਚੱਲੀ, ਕਾਫ਼ੀ ਹੱਦ ਤੱਕ ਸੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਨੂੰ ਲੋਕ ਸਮਰਥਨ ਦੇਣ ਲੱਗੇ। ਸ਼ਾਇਦ ਇਸੇ ਓਵਰ ਕੌਨਫੀਡੈਂਸ ਕਰਕੇ ਆਮ ਆਦਮੀ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਸੋ ਗਰਾਊਂਡ 'ਤੇ ਉਸ ਵੇਲੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦੀ ਜ਼ਰੂਰਤ ਕਾਫ਼ੀ ਸੀ। ਦੂਸਰਾ ਸਿਆਸੀ ਕਾਰਨ, ਇਕੱਲਾ ਮਾਲਵੇ ਨੂੰ ਤਰਜੀਹ ਦੇਣਾ। ਸਿਆਸੀ ਮਾਹਰ ਮੰਨਦੇ ਨੇ ਕਿ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਜ਼ੋਰ ਮਾਲਵੇ ਦੀਆਂ ਸੀਟਾਂ ਜਿੱਤਣ 'ਤੇ ਜ਼ੋਰ ਦਿੱਤਾ, ਜਦਕਿ ਦੁਆਬਾ ਅਤੇ ਮਾਝਾ ਖੇਤਰ 'ਚ ਵੀ ਪ੍ਰਚਾਰ ਕੀਤਾ ਗਿਆ। ਪਰ ਮਾਝਾ ਅਤੇ ਦੁਆਬਾ ਖੇਤਰ 'ਚ ਆਪ ਦੀ ਉਹ ਲਹਿਰ ਨਾ ਬਣ ਸਕੀ ਜੋ ਮਾਲਵੇ 'ਚ ਵੇਖੀ ਜਾਂਦੀ ਸੀ। ਤੀਸਰਾ ਸਿਆਸੀ ਕਾਰਨ, ਉਸ ਵੇਲੇ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਕਰਪਸ਼ਨ ਦੇ ਇਲਜ਼ਾਮਾਂ 'ਚ ਬਾਹਰ ਕੱਢ ਦੇਣਾ। ਉਸ ਵੇਲੇ ਪਾਰਟੀ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋਇਆ, ਕਿਉਂਕਿ ਛੋਟੇਪੁਰ ਗੁਰਦਾਸਪੁਰ ਹਲਕੇ ਤੋਂ ਸੰਬੰਧ ਰੱਖਦੇ ਸੀ, ਇਸ ਕਰਕੇ ਇਸ ਫੈਸਲੇ ਦਾ ਪਾਰਟੀਆਂ ਵਰਕਰਾਂ 'ਤੇ ਫਰਕ ਪਿਆ। ਚੌਥਾ ਸਿਆਸੀ ਕਾਰਨ, ਪਾਰਟੀ ਦੀ ਕਮਾਨ ਸੂਬੇ ਦੇ ਬਾਹਰਲੇ ਆਗੂਆਂ ਦੇ ਹੱਥ ਦੇ ਦੇਣੀ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਸੂਬੇ ਦੇ ਬਾਹਰਲੇ ਆਗੂਆਂ ਨੂੰ ਪੰਜਾਬ ਦੀ ਕਮਾਨ ਸੰਭਾਲ ਦਿੱਤੀ, ਜੋ ਸਭ ਤੋਂ ਵੱਡੀ ਸਿਆਸੀ ਗਲਤੀ ਸੀ। ਜੇਕਰ ਸੂਬੇ ਦੇ ਕਿਸੇ ਸਿਆਸਤਦਾਨ ਨੂੰ ਮੋਹਰੀ ਬਣਾ ਕੇ ਕਮਾਨ ਸੰਭਾਈ ਹੁੰਦੀ ਤਾਂ ਉਸ ਵੇਲੇ ਨਤੀਜਿਆਂ 'ਚ ਕਾਫ਼ੀ ਸੁਧਾਰ ਆਉਂਦਾ। ਪਰ ਸ਼ਾਇਦ ਪਾਰਟੀ ਨੂੰ ਪੰਜਾਬ ਦੇ ਸਿਆਸਤਦਾਨਾਂ ਦੀ ਨੀਅਤ 'ਤੇ ਸ਼ੱਕ ਸੀ, ਕਿਉਂਕਿ ਛੋਟੇਪੁਰ ਨੂੰ ਨਵਾਂ ਜੋ ਪਾਰਟੀ 'ਚੋਂ ਬਾਹਰ ਕੱਢਿਆ ਸੀ। ਕੀ 2022 'ਚ ਜਿੱਤੇਗੀ ਸੂਬੇ 'ਚ ਆਪ? ਬੜਾ ਗੰਭੀਰ ਅਤੇ ਉਲਝਿਆ ਹੋਇਆ ਸਵਾਲ ਹੈ, ਕਿਉਂਕਿ ਕਈ ਕਾਰਨ ਨੇ ਜੇਕਰ ਆਮ ਆਦਮੀ ਪਾਰਟੀ ਸੂਬੇ 'ਚ ਜਿੱਤ ਹਾਸਲ ਕਰਨਾ ਚਾਹੁੰਦੀ ਹੈ। ਪਹਿਲਾ, ਬਾਗੀ ਵਿਧਾਇਕਾਂ ਨੂੰ ਮਨਾਉਣਾ ਜ਼ਰੂਰੀ ਹੋਵੇਗਾ, ਜਿਨ੍ਹਾਂ ਖਰੜ ਤੋਂ ਵਿਧਾਇਕ ਕਨਵਰ ਸੰਧੂ, ਭੁਲਥ ਤੋਂ ਸੁਖਪਾਲ ਖਹਿਰਾ, ਪਿਰਮਲ ਸਿੰਘ ਖਾਲਸਾ, ਤਮਾਮ ਉਹ ਸਿਆਸੀ ਚਿਹਰੇ। ਦੂਸਰਾ, ਛੋਟੇਪੁਰ ਦੇ ਕਥਿਤ ਸਟਿੰਗ ਆਪਰੇਸ਼ਨ ਨੂੰ ਜਨਤਕ ਕਰਨਾ ਪਵੇਗਾ, ਜੇਕਰ ਨਹੀਂ ਕਰਦੇ ਤਾਂ ਪਾਰਟੀ ਦੀ ਹਾਈਕਮਾਨ ਦੇ ਨੀਅਤ ਦੇ ਪੰਜਾਬ ਦੇ ਲੋਕ ਸ਼ੱਕ ਕਰਨਗੇ। ਤੀਸਰਾ, ਵਿਕਰਮ ਸਿੰਘ ਮਜੀਠੀਆ ਦੇ ਮਾਮਲੇ 'ਚ ਕੇਜਰੀਵਾਲ ਦੀ ਮਾਫ਼ੀ ਮੰਗਣਾ ਅਤੇ ਸਪਸ਼ਟੀਕਰਨ ਪੰਜਾਬ ਦੀ ਜਨਤਾ 'ਚ ਨਾ ਦੇਣਾ। ਹਾਲਾਂਕਿ ਭਗਵੰਤ ਸਿੰਘ ਮਾਨ ਵੀ ਖੁਦ ਅਸਤੀਫਾ ਦੇ ਚੁੱਕੇ ਨੇ, ਪਰ ਬਾਅਦ 'ਚ ਕੁਛ ਸਪਸ਼ਟ ਨਹੀਂ ਹੋਇਆ, ਸ਼ਾਇਦ ਲੋਕਾਂ ਨੂੰ ਇਸ ਮਾਮਲੇ ਤੋਂ ਭਟਕਾਉਣ ਦੀ ਕੋਸ਼ਿਸ਼ ਹੋਈ। ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਜ਼ਿਆਦਾ ਕੰਮਾਂ ਕਰਕੇ ਕਚਹਿਰੀਆਂ ਦੇ ਗੇਟ 'ਚ ਨਹੀਂ ਪੈਣਾ ਚਾਹੁੰਦੇ। ਚੌਥਾ, ਆਪਣੇ ਹਮਖਿਆਲੀਆਂ ਨਾਲ ਗੱਠਜੋੜ ਨਾ ਕਰਨਾ। ਜਿਸ 'ਚ ਬੈਂਸ ਪਰਾਜ ਜਾਂ ਨਵਜੋਤ ਸਿੱਧੂ ਦੀ ਗੱਲ ਕਰ ਲਈ ਜਾਵੇ ਤਾਂ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਵੇਖਿਆ ਜਾ ਸਕਦਾ ਹੈ। ਅਤੇ ਇਸ ਹੋਰ ਵੱਡੀ ਗਲਤੀ ਆਮ ਆਦਮੀ ਪਾਰਟੀ ਦੀ, ਜਿਸ ਨੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੁਲਕਾ ਨੂੰ ਗਵਾਇਆ, ਕਿਉਂਕਿ ਫੁਲਕਾ ਪੰਥਕ ਏਜੰਡੇ ਦੀ ਗੱਲ ਕਰਦੇ ਸਨ, ਇਸ ਲਈ ਇਸ ਮੌਕੇ ਪੰਥਕ ਧਿਰਾਂ ਨਾਲ ਰਲ ਕੇ ਫੁਲਕਾ ਤੋਂ ਫਾਇਦਾ ਲਿਆ ਜਾ ਸਕਦਾ ਸੀ। ਪੰਜਾਬ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸਾਹਮਣੇ ਕਈ ਚੁਣੌਤੀਆਂ ਨੇ, ਕਿਉਂਕਿ ਪਾਰਟੀ ਦੀਆਂ 2027 ਤੋਂ ਬਾਅਦ ਲਗਾਤਾਰ ਜ਼ਮਾਨਤਾਂ ਜ਼ਬਤ ਹੋਈਆਂ। 2019 ਦੀਆਂ ਲੋਕ ਸਭਾ ਚੋਣਾਂ 'ਚ ਆਪ ਦਾ ਵੋਟ ਸ਼ੇਅਰ 23% ਤੋਂ 7% ਦਰਜ ਕੀਤਾ ਗਿਆ। ਗਰਾਊਂਡ ਪੱਧਰ 'ਤੇ ਉਹ ਵਰਕਰ ਵੀ ਟੁੱਟ ਚੁੱਕੇ ਨੇ ਜੋ 2014 ਤੋਂ 2017 ਦੀਆਂ ਚੋਣਾਂ 'ਚ ਆਪਣਾ ਤੇਲ ਫੂਕ ਖੁਦ ਪਾਰਟੀ ਲਈ ਪ੍ਰਚਾਰ ਕਰਦੇ ਸੀ। ਸੋ ਇਸ ਕਰਕੇ ਆਮ ਆਦਮੀ ਪਾਰਟੀ ਦੇ ਪੰਜਾਬ ਆਗੂਆਂ ਨੂੰ ਅੱਖਾਂ ਖੋਲ੍ਹ ਕੇ ਖੁਆਬ ਲੈਣ ਦੀ ਬਜਾਏ ਜ਼ਮੀਨੀ ਪੱਧਰ ਆਪਣੇ ਵਰਕਰਾਂ ਨੂੰ ਜੋੜਨ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ। ਬਿਊਰੋ ਰਿਪੋਰਟ, ਪੰਜਾਬੀਅਤ ਟੀਵੀ।